ਬਾਪੂ ਕਿੱਥੇ ਆ ਬਾਪੂ ਕਿੱਥੇ ਆ ਉਹ ਕੀ ਹੋ ਗਿਆ ਭਾਈ ਬਾਪੂ ਰਿਹਾ ਮੈਂ ਤੈਨੂੰ ਕੋਈ ਗੱਲ ਦੱਸਣੀ ਹੈ ਕੀ ਗੱਲ ਦੱਸਣੀ ਕੀ ਹੋ ਗਿਆ ਹੈ ਬਾਪੂ ਅੰਦਰ ਹੋ ਰਹੀ ਬਹਿ ਜਾ ਭਾਈ ਇਹ ਜਾ ਕੀ ਹੋ ਗਿਆ ਬਾਪੂ ਪਰਦੇ ਵਾਲੀ ਗੱਲ ਅੰਦਰ ਆ ਜਾ ਚੱਲ ਕੀ ਇਹ ਜਾ ਕੀ ਹੋ ਗਿਆ ਬਾਪੂ ਦੱਸਦਾ ਮੈਂ ਤੈਨੂੰ ਅੰਦਰ ਆ ਜਾ ਬਾਪੂ ਤੂੰ ਨਾ ਉਹ ਘਰ ਦੇ ਕੰਮਾਂ ਚ ਹੀ ਲੱਗਿਆ ਰਿਹਾ ਕਰ ਕੋਈ ਮਾੜਾ ਵੀ ਧਿਆਨ ਰੱਖਿਆ ਕਰ ਉਹ ਭਾਈ ਸਾਰਾ ਧਿਆਨ ਰੱਖਣਾ ਪੈਂਦਾ ਮੈਂ ਇਹੀ ਜੀ ਸੁਣੀਏ ਜੀ ਅੱਜ ਤੂੰ ਕਮਾੜੀ ਚੰਗੀ ਉਹਦੇ ਬਾਰੇ ਉਹ ਬਾਪੂ ਮੈਨੂੰ ਪਿੰਡ ਦੇ ਮੁੰਡਿਆਂ ਨੇ ਕਿਹਾ ਇਹ ਗੱਲ ਗਲਤ ਨਾ ਹੋਵੇ ਭਾਈ ਕਿਤੇ ਤੇਰੇ ਕੰਨ ਭਰਤੇ ਹੋਣ ਕਿਸੇ ਨੇ ਨਾ ਨਾ ਬਾਪੂ ਜਮਾ ਸਹੀ ਗੱਲ ਹੈ ਬਾਲੀ ਮਾੜੀ ਗੱਲ ਹੋਈ ਜਾਵੇ ਤਾਂ ਹੋਰ ਬਾਪੂ ਹੋਰ ਆਪਾਂ ਤਾਂ ਇੰਨੀ ਰੀਝਾਂ ਨਾਲ ਪਾਲੀ ਸੀ ਦੇਖ ਲਿਆ ਜੀ ਮੈਂ ਤਾਂ ਭਾਈ ਉਹਨੂੰ ਤੇਰੇ ਮੰਗੂਏ ਪਾਲਿਆ ਸੀ ਉਹ ਤਾਂ ਮੇਰਾ ਦੂਜਾ ਪੁੱਤ ਸੀ ਆ ਮੈਨੂੰ ਕੀ ਪਤਾ ਸੀ ਉਹਨੇ ਇਹ ਕੰਮ ਕਰੂਗੀ ਭਾਈ ਬਾਪੂ ਉਹਦਾ ਫਾਨ ਮਿਲ ਜੇ ਵਿਆਹ ਕਰਕੇ ਜਲਦੀ ਕਰਦਿਆਂਗੇ ਉਹੀ ਤਾਂ ਕੋਈ ਨਾ ਹਾਂ ਵਧੀਆ ਰਹੇਗਾ ਕਰਦਿਆਂ ਮੇਰੇ ਜਾਣ ਪਛਾਣ ਦਾ ਬੰਦਾ ਹੈਗਾ ਉਹਦੇ ਨਾਲ ਮਿਲ ਕੇ ਰਿਸ਼ਤਾ ਇਹਦਾ ਫਾਹਾ ਵੱਢੇ ਦਿੰਦੇ ਹੈਗੇ ਹੋਰ ਕਰੀਏ ਗੱਲ ਫਿਰ ਹਾਂ ਕਰਦੇ ਹਾਂ ਆਪਾਂ ਗੱਲ ਚਲੋ ਚੱਲ ਠੀਕ ਆ ਬਾਪੂ ਤੂੰ ਆਪੇ ਹੀ ਕਰ ਲਈ ਠੀਕ ਹੈ ਦਾਰੂ ਪੀਤੀ ਹੋਵੇ ਨਾ ਬਾਪੂ ਦਾਰੂ ਨਹੀਂ ਪੀਤੀ ਹੋਰ ਕੀ ਨਸ਼ਾ ਕਰਿਆ ਕੁਛ ਵੀ ਨਹੀਂ ਬਾਪੂ ਸੁਧਰ ਜਾ ਤੂੰ ਇਹ ਬਾਅਦ ਗੱਲਾਂ ਤੋਂ ਬਾਅਦ ਆ ਜਾ ਪਰ ਆਹ ਬਾਪੂ ਯਾਰ ਕਿੱਥੇ ਮੰਡੀ ਚ ਪਿਆ ਏ ਨਸ਼ਿਆਂ 'ਚ ਲੱਗ ਗਈ ਸਾਰੀ ਮੰਡੀ ਰਾ ਚੰਗੀਆਂ ਗੱਲਾਂ ਨਹੀਂ ਤੇਰੇ ਵਾਸਤੇ ਸੁਧਰ ਜਾ ਨਹੀਂ ਦੇਖ ਲੈ ਫਿਰ ਵਿਆਹ ਕਰ ਦੋ ਬਸ ਫੇਰ ਕੁਛ ਹੋ ਸਕਦਾ ਗਾ ਵਿਆਹ ਜੀ ਕੌਣ ਦਊਗਾ ਕੁੜੀ ਇਹਨੂੰ ਨਸ਼ੇੜੀ ਨੂੰ ਸਾਰਾ ਦਿਨ ਤਾਂ ਨਸ਼ੇ ਚੁਣ ਰਹਿੰਦਾ ਗਾ ਕੋਈ ਘਰ ਦਾ ਕੰਮ ਨੀ ਕਰਦਾ ਹੈਗਾ ਜ਼ਮੀਨ ਜਮੂਨ ਹੈਗੀ ਵਧੀਆ ਜ਼ਮੀਨ ਆਪਣੇ ਕੋਲ 25-30 ਕਿੱਲੇ ਆਪਦੇ ਹੈਗੇ ਨੇ ਠੀਕ ਆ ਫੇਰ ਤਾਂ ਹੋਈ ਫੇਰ ਕਿੱਡੀ ਕੁ ਵੱਡੀ ਗੱਲ ਹੈਗੀ ਨਹੀਂ ਜੀ ਫੇਰ ਵੀ ਕੌਣ ਦਊਗਾ ਇਹਨੂੰ ਨਸ਼ੇੜੀ ਨੂੰ ਕੁੜੀ ਸਾਰਾ ਦਿਨ ਨਸ਼ੇ ਚੁਣ ਰਹਿੰਦਾ ਆਪਣੀ ਇੱਕ ਕੁੜੀ ਦੀ ਕੁੜੀ ਵਿਆਹ ਦੀ ਇਹ ਕੰਧਾ ਕੰਧਾ ਰਹਿ ਗਿਆ ਸਿਰ ਤੇ ਚੜ ਕੇ ਨਸ਼ਾ ਕਰਦਾ ਗਾ ਦੁਬਾਰਾ 24 ਘੰਟੇ ਨਸ਼ਾ ਰਹਿੰਦਾ ਮੇਰੀ ਗੱਲ ਸੁਣ ਅੱਜ ਕੱਲ ਜ਼ਮੀਨਾਂ ਦੇ ਰਿਸ਼ਤੇ ਹੁੰਦੇ ਨੇ ਚਲੋ ਫਿਰ ਤੁਸੀਂ ਦੇਖ ਕੇ ਕੋਈ ਨੀ ਕਰਦਾ ਅੱਜ ਕੱਲ ਜ਼ਮੀਨ ਹੋਣੀ ਚਾਹੀਦੀ ਮੁੰਡੇ ਕੋਲ ਪੈਸਾ ਹੋਣਾ ਚਾਹੀਦਾ ਕੁਲਵੰਤ ਬਾਈ ਹੈਗਾ ਕਰੇ
ਬਾਲੀ ਮਾੜੀ ਗੱਲ ਹੋਈ ਯਾਰ ਉਹ ਤਾਂ ਉਹ ਪਤਾ ਨਹੀਂ ਭਾਈ ਅੱਜ ਕੱਲ੍ਹ ਦੇ ਜਵਾਕਾਂ ਨੂੰ ਕੀ ਹੋ ਰਿਹਾ ਬਾਲਾ ਹੋਇਆ ਪਿਆ ਅੱਜ ਕੱਲ੍ਹ ਆਇਆ ਕੁਛ ਹਾਂਜੀ ਹਾਂ ਤਾਂ ਹੀ ਤਾਂ ਲੋਕ ਹੁਣ ਭਾਈ ਧੀਆਂ ਦਾ ਤੈਨੂੰ ਪਤੀ ਹੈ ਫਿਰ ਕਹਿੰਦੇ ਨੇ ਕੁੱਖ ਚ ਮਾਰਤੀਆਂ ਹਾਂ ਉਹ ਤਾਂ ਗੱਲ ਹੈਗੀ ਹੈਗੀ ਤੁਸੀਂ ਰਿਸ਼ਤਾ ਕਰਾ ਦਿਓ ਤਾਂ ਵਿਆਹ ਕਰਾ ਦਿਓ ਹਾਂ ਤਾਂ ਹੀ ਤੇਰੇ ਨਾਲ ਮੈਂ ਫੋਨ ਤੇ ਗੱਲ ਕਰੀ ਤੈਨੂੰ ਦੱਸਿਆ ਦੀ ਆ ਫਿਰ ਆਊਗਾ ਲੋਟ ਨਹੀਂ ਤਾਂ ਉਨਾ ਟਾਈਮ ਨਹੀਂ ਆਉਂਦਾ ਹੈਗਾ ਲੋਟ ਹਾਂ ਤੈਨੂੰ ਦੱਸਿਆ ਦੀ ਤਾਂ ਦੱਸ ਪਾਈ ਤੀ ਬਸ ਆਪਾਂ ਫਿਰ ਉੱਥੇ ਦੇਖ ਲੈਂਦੇ ਹਾਂ ਹੈਗਾ ਮੁੰਡਾ ਕੋਈ ਗੱਲ ਨਹੀਂ ਮੁੰਡਾ ਵਧੀਆ ਹੈਗਾ 25-30 ਕਿੱਲੇ ਜ਼ਮੀਨ ਦੇ ਨੇ ਠੀਕ ਆ ਜਲਦੀ ਨਿਬੇੜਾਂਗੇ ਇਸ ਤਾਈ ਜਲਦੀ ਜਲਦੀ ਨਿਬੇੜ ਕੇ ਪਰਾਂ ਕਰਦੇ ਆਪਾਂ ਜਲਦੀ ਨਿਬੇੜ ਹਾਂ ਜੀ ਹਾਂ ਇੱਕ ਦਿਨ ਆਪਾਂ ਟਾਈਮ ਕੱਢ ਕੇ ਜਾ ਆਉਣਾਂਗੇ ਹਾਂ ਮੇਰ ਕਾਕਾ ਵਗ ਚੱਲਾਂਗੇ ਅੱਜ ਹੀ ਚੱਲ ਦਿਆਂਗੇ ਇੱਕ ਦਿਨ ਕੀ ਹਾਂ ਚੱਲ ਫਿਰ ਅੱਜ ਬਾਪੂ ਅੱਜ ਹੀ ਚੱਲ ਅੱਜ ਹੀ ਜਾਏ ਪਰਾਂ ਕਰੋ ਹਾਂ ਠੀਕ ਹੈ ਜੀ ਅੱਜ ਫਿਰ ਆਪਾਂ ਹੁਣ ਹੀ ਚੱਲ ਦਿਆਂਗੇ ਚਲੋ ਚੱਲ ਤਿਆਰ ਹੋਗੇ ਹਾਂ ਜੀ ਤਿਆਰ ਹੈ ਤਾਂ ਚਲੋ ਆਜੋ ਮੈਂ ਗੱਲ ਕਰਨੀ ਆ ਸਾਨੂੰ ਤਾਂ ਭਾਈ ਦੇਖਾ ਕਾਲੀ ਹੈ ਤੈਨੂੰ ਦੱਸਿਆ ਦੀ ਫੋਨ ਤੇ ਖੇਤੀ ਕਰਦੇ 25 ਕਿੱਲੇ ਕੰਮ ਹੁੰਦੇ ਉਹਨੂੰ ਕਿਲੋ ਹੋਰ ਆਗੇ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਜੀ ਹਾਂ ਠੀਕ ਹੈ ਹੋਰ ਲਾਣਾ ਮਾਣਾ ਬਹੁਤ ਵਧੀਆ ਆਜ ਬਹਿ ਲਿਆ ਅੰਦਰ ਪਾਣੀ ਪੂਣੀ ਪੀਓਗੇ ਨਾਲੇ ਪਾਣੀ ਪੀ ਕੇ ਗੰਗੀ ਚਾਹ ਲੈ ਕੇ ਆਓ ਹੋਰ ਸਰ ਘਰ ਬਾਰ ਠੀਕ ਹੈ ਸਾਰੀ ਗੱਲ ਬਾਤ ਖੋਲ ਲੋ ਅੱਜ ਠੀਕ ਹੈ ਠੀਕ ਹੈ ਜੀ ਆ ਸੀ ਆਪਣੇ ਕਾਕਾ ਜੀ ਠੀਕ ਹੈ ਹਾਂ ਭਾਈ ਦੇਖ ਹੁਣ ਦੇਖ ਲੈ ਤੇਰੇ ਸਾਹਮਣੇ ਹੈਗਾ ਬੱਪੂ ਵੈਸੇ ਤਾਂ ਠੀਕ ਹੈ ਕਿੰਨੇ ਪੜ੍ਹੇ ਹੋਏ ਨਹੀਂ ਬੀਏ ਕਰੀ ਹੋਈ ਇਹਨੇ ਦੀ ਅੱਛਾ ਬੀਏ ਕੀਤੀ ਹਾਂ ਵਧੀਆ ਪੜ੍ਹਾਈ ਵੀ ਠੀਕ ਹੈ ਚਲੋ ਭਾਈ ਕਾਕਾ ਅੱਜ ਕੱਲ੍ਹ ਨਸ਼ੇ ਪੱਤੇ ਬਹੁਤ ਚੱਲ ਰਹੇ ਨੇ ਕੁਛ ਖਾਂਦਾ ਪੀਂਦਾ ਤਾਂ ਨਹੀਂ ਜੀ ਖਾਂਦਾ ਪੀਂਦਾ ਕੁਛ ਨਹੀਂ ਹੈਗਾ ਜੀ ਅੱਛਾ ਜੀ ਨਾ ਠੀਕ ਹੈ ਭਾਈ ਕੱਲ੍ਹ ਪਤਾ ਨਹੀਂ ਹੈਗਾ ਪਰ ਇਹਦਾ ਸਹੀ ਹੈਗਾ ਅਜੇ ਤੱਕ ਬਾਹਰ ਤਾਂ ਪਤਾ ਨਹੀਂ ਹੈਗਾ ਨਾ ਠੀਕ ਹੈ ਭਾਈ ਕੱਲ੍ਹ ਨੂੰ ਕਿਤੇ ਹੁਣ ਤੂੰ ਵਿਚੋਲਾ ਹੈ ਤੈਨੂੰ ਵੀ ਪਤਾ ਹੋਣਾ ਹਾਂ ਠੀਕ ਹੈ ਵਜੇ ਮੁੰਡਾ ਜੀ ਪਤਾ ਕਰਿਆ ਮੈਨੇ ਬਾਹਰੋਂ ਹੀ ਵਧੀਆ ਗਏ ਬਾਕੀ ਵੀ ਆਉਂਦੇ ਜਾਂਦੇ ਨੇ ਆਪਣੇ ਇਹਨਾਂ ਨੂੰ ਸਾਰਾ ਪਤਾ ਹੈ ਨਾ ਜੀ ਗੱਲ ਸਰਦਾਰ ਜੀ ਐਵੇਂ ਅੱਜ ਕੱਲ੍ਹ ਨਸ਼ੇ ਪੱਤੇ ਬਹੁਤ ਚੱਲ ਰਹੇ ਨੇ ਨਹੀਂ ਉਹ ਤਾਂ ਸੁਣਦੀ ਗੱਲ ਅਸੀਂ ਸਹਿਮਤ ਹੀ ਤੁਹਾਡੇ ਨਾਲ ਹਾਂ ਜੀ ਦੇਖ ਭਾਈ ਕਾਕਾ ਮੈਨੂੰ ਤਾਂ ਪਸੰਦ ਆ ਬਾਪੂ ਠੀਕ ਹੈ ਜਿਵੇਂ ਤੂੰ ਕਰਿਆ ਚੰਗਾ ਜੀ ਫਿਰ ਹਾਂ ਜੀ ਕਹਿ ਦਿਓ ਦੱਸ ਦਿਓ ਆਪਾਂ ਫਿਰ ਰੱਖ ਲੈਣੇ ਦਿਨ ਅੱਗੇ ਸਾਨੂੰ ਪਸੰਦ ਹੈ ਭਾਈ ਠੀਕ ਹੈ ਜੀ ਜਿਵੇਂ ਤੁਹਾਨੂੰ ਸਮਝੇਗੀ ਹੈਂ ਚੱਲੀਏ ਜੀ ਫਿਰ ਜਲਦੀ ਕਰ ਲਾਂਗੇ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਠੀਕ ਹੈ ਦੇਖੋ ਜੀ ਹਾਂਜੀ ਸੂਰੀ ਵਧੀਆ ਵੀ ਨੇ ਅੱਛਾ ਜੀ ਠੀਕ ਹੈ ਜੀ ਠੀਕ ਹੈ ਨਾਲੇ ਆਪਣਾ ਮੁੰਡਾ ਤੈਨੂੰ ਵਧੀਆ ਹਾਂ ਜੀ ਤਾਂ ਫਿਰ ਵਧੀਆ ਮੇਰੇ ਬੱਚੇ ਦਾ ਕਿਵੇਂ ਹਾਂ ਜੀ ਹਾਂ ਦੱਸਿਆ ਨਹੀਂ ਹੈਗਾ ਮੈਂ ਇਹਨਾਂ ਨੂੰ ਅੱਛਾ ਠੀਕ ਹੈ ਨਾ ਠੀਕ ਹੈ ਤੁਸੀਂ ਵੀ ਨਾ ਕੁਛ ਦੱਸਿਆ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਰੋ ਠੀਕ ਹੈ ਕਰੋ ਠੀਕ ਹੈ ਜੀ ਕੋਈ ਨਹੀਂ ਕੋਈ ਗੱਲ ਜਿਵੇਂ ਤੁਸੀਂ ਕਰ ਦਿਓ ਸੈੱਟ ਹਾਂ ਜੀ ਠੀਕ ਆ ਜਾਓ ਚੱਲੀਏ ਜੀ ਚਲੋ ਦੇਖੋ ਜੀ ਮੇਰੀ ਗੱਲ ਸੁਣੋ
ਮੁੰਡਾ ਵਧੀਆ ਠੀਕ ਹੈ ਜੀ, ਜ਼ਮੀਨ ਵਧੀਆ ਗਈ, ਕੁੜੀ ਐ ਕਰੂ ਆਪਣੀ, ਬਾਕੀ ਤੁਹਾਨੂੰ ਪਤਾ ਹੀ ਆ ਕੁੜੀ ਦਾ ਹੀ ਕੰਮ, ਕਾਹਨੂੰ ਫਰੇਮੀ ਹੋ ਜੂ ਨਾ, ਜਲਦੀ ਜਲਦੀ ਵਿਆਹ ਕਰਕੇ ਪਰਾਂ ਕਰੋ ਜੀ ਭਰਾ। ਅਸੀਂ ਤੁਹਾਡੇ ਨਾਲ ਸਹਿਮਤ ਹੈ ਜੀ, ਬਾਕੀ ਆਹ ਕਾਕਾ ਰਿਹਾ ਆਪਣਾ, ਜਿਵੇਂ ਆਪਾਂ ਨੂੰ ਸੈੱਟ ਲੱਗਿਆ ਆਪਾਂ ਨੇ ਆਪਣੇ ਤਾਂ ਪਸੰਦ ਹੈ ਜੀ ਸਾਰਾ ਕੁਝ, ਜਲਦੀ ਜਲਦੀ ਕਰਕੇ ਪਰਾਂ ਕਰੋ ਜੀ, ਬਾਪੂ ਵਧੀਆ ਜਲਦੀ ਫਾਹਾ ਨਮੇੜਦੇ ਆ, ਹੋਰ ਕੋਈ ਹੋਰ ਕਾਰਾ ਹੋਗਾ ਤਾਂ ਬਸ ਠੀਕ ਹੈ, ਠੀਕ ਹੈ ਜੀ, ਹਾਂ ਚਲ ਠੀਕ ਹੈ। ਜਮੀ ਬੇਕਾਰ ਬੰਦਾ ਹੋਇਆ ਕੀ ਹੈ, ਫਿਰ ਵੀ ਮੈਨੂੰ ਗਲਤ ਦੱਸੋ, ਨਸ਼ੀ ਬਹੁਤ ਕਰਦਾ, ਕੁੜੀ ਨੂੰ ਕੁੱਟ ਮਾਰਦਾ ਭਾਈ, ਹੋਰ ਦੱਸ ਘਰੇ ਤੋਰਤੀ ਸਾਡੇ, ਦੱਸ ਕੁੜੀ ਬੜੀ ਮਾੜੀ ਗੱਲ ਹੈ, ਚਲੋ ਫਿਰ ਚੱਲਦੇ ਆ ਗੇ। ਚੰਗੀ ਗੱਲ ਨੀ ਕੀਤੀ ਤੁਸੀਂ ਵੈਸੇ, ਕੀ ਗੱਲ ਹੋ ਗਈ ਜੀ, ਤੁਹਾਨੂੰ ਪਤਾ ਹੀ ਹੁਣ ਕੀ ਹੋ ਗਿਆ? ਨਹੀਂ ਸਾਨੂੰ ਨੀ ਪਤਾ ਕੀ ਗੱਲ ਹੋ ਗਈ, ਨਹੀਂ ਤੁਹਾਡਾ ਮੁੰਡਾ ਨਸ਼ੇੜੀ ਨਿਕਲਿਆ ਸਾਡੇ ਨਾਲ, ਤੁਸੀਂ ਧੋਖਾ ਕੀਤਾ। ਨਹੀਂ ਨਹੀਂ ਕੋਈ ਗੱਲ ਨਹੀਂ, ਆ ਜਾਓ ਆਪਾਂ ਬਹਿ ਕੇ ਗੱਲ ਕਰਦੇ ਹਾਂ, ਕੋਈ ਗੱਲ ਨਹੀਂ ਹੋਈ ਇਹ ਬਈ, ਆ ਜਾਓ ਅੰਦਰ ਬਹਿ ਕੇ ਗੱਲ ਕਰਦੇ ਹਾਂ, ਬਈ ਆ ਜਾਓ ਕੋਈ ਨਾ। ਚੰਗੀ ਗੱਲ ਨੀ ਹੋਈ ਹੈਗੀ, ਜੋ ਵੀ ਹੋਈ ਹੈ ਬਈ, ਇਹ ਕੋਈ ਗੱਲ ਨੀ ਬਈ, ਬਹਿ ਕੇ ਮੈਂ ਗੱਲ ਕਰਦੇ ਹਾਂ, ਆਪਾਂ ਬੈਠੋ ਪਾਣੀ ਦੇਵੋਗੇ ਲੈਂਦੇ ਹੀ ਪ੍ਰਾਪਤ ਵਾਲਾ ਪਾਣੀ ਪਾਉਣਾ ਸੀਗਾ, ਚਲੋ ਚਾਹ ਲੈ ਥੋੜੀ ਥੋੜੀ, ਕੁਛ ਨਹੀਂ ਲੈਣਾ ਅਸੀਂ ਨੇ, ਅਸੀਂ ਤਾਂ ਤੁਹਾਡੇ ਨਾਲ ਇਹ ਗੱਲ ਕਰਨਾ ਹੈ ਵੀ ਤੁਸੀਂ ਸਾਡੇ ਨਾਲ ਇਹ ਕੀ ਕੀਤਾ, ਧੋਖਾ ਕਿਉਂ ਕੀਤਾ? ਨਹੀਂ ਅਸੀਂ ਤਾਂ ਕੋਈ ਧੋਖਾ ਨਹੀਂ ਕੀਤਾ ਤੁਹਾਡੇ ਨਾਲ, ਤੁਹਾਡਾ ਮੁੰਡਾ ਨਸ਼ੇੜੀ ਨਿਕਲਿਆ ਆ, ਕੁੱਟਦੇ ਮਾਰਦੇ ਹੋ ਤੁਸੀਂ, ਨਾ ਨਾ ਜੀ ਇਹ ਤਾਂ ਕੋਈ ਗੱਲ ਨਹੀਂ ਗੀ, ਕੁੜੀ ਨੇ ਦੱਸਿਆ ਅਸੀਂ ਨੇ ਰਿਸ਼ਤਾ ਕਰਨ ਆਏ ਤੇ ਜਦ ਅਸੀਂ ਭਾਈ ਸਾਹਿਬ ਨੇ ਸਾਨੂੰ ਦੱਸ ਪਾਏ, ਅੱਛਾ ਜੀ, ਸਾਨੂੰ ਉਦੋਂ ਮੁੰਡਾ ਪਸੰਦ ਸੀ ਆ, ਠੀਕ ਹੈ ਜੀ, ਅਸੀਂ ਤੁਹਾਨੂੰ ਬਕਾਇਦਾ ਪੁੱਛਿਆ ਵੀ ਨਸ਼ੇ ਪੱਤੇ, ਤੁਸੀਂ ਕਹਿੰਦੇ ਜੀ ਸਾਡਾ ਮੁੰਡਾ ਕੋਈ ਨਸ਼ੇ ਪੱਤੇ ਨਹੀਂ ਕਰਦਾ, ਨਹੀਂ ਉਦੋਂ ਦਾ ਸਾਡਾ ਮੁੰਡਾ ਬਿਲਕੁਲ ਸਹੀ ਸੀ ਜੀ, ਨਹੀਂ ਤੁਹਾਡਾ ਵੀ ਫਰਜ਼ ਬਣਦਾ ਮੁੰਡੇ ਦੇ ਸਮਝਾ ਹੋਣ ਦਾ, ਬਿਨਾਂ ਜਦੋਂ ਸਾਡੀ ਕੁੜੀ ਨੂੰ ਕੁੱਟਮਾਰ ਕੀਤੀ ਜਾਂਦਾ। ਸਰਦਾਰ ਜੀ ਤੁਹਾਨੂੰ ਸਾਰੀ ਗੱਲ ਦਾ ਪਤਾ ਹੋਣਾ, ਬਾਕੀ ਸਾਡੇ ਵਿਚੋਲਾ ਸਾਹਿਬ ਨੇ ਜਿਹੜੇ ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਸਾਰੀ ਗੱਲ ਦਾ ਪਤਾ ਵੀ ਕੀ ਗੱਲਬਾਤ ਹੋਈ ਸੀ। ਸਰਪੰਚ ਸਾਹਿਬ ਦੇਖੋ ਜੀ, ਅਸੀਂ ਨੇ ਦੱਸਿਆ ਜੀ ਇਹਨੂੰ, ਬਾਕੀ ਵਿਚੋਲੇ ਨੇ ਜਿਵੇਂ ਸਾਨੂੰ ਦੱਸਿਆ ਅਸੀਂ ਉੱਦਾਂ ਕਰ ਲਿਆ, ਬਾਕੀ ਹੁਣ ਸਾਰਾ ਕੁਝ ਵਿਚੋਲਾ ਸਾਹਿਬ ਜੀ ਨੂੰ ਪਤਾ, ਜਿਵੇਂ ਇਹ ਕਰਨਗੇ ਤੁਸੀਂ ਇਹਨਾਂ ਨਾਲ ਮਾੜਾ ਜੀ ਗੱਲਬਾਤ ਕਰ ਲਓ। ਨਹੀਂ ਉਹ ਤਾਂ ਠੀਕ ਹੈ, ਤੁਹਾਡੇ ਦੋਨਾਂ ਦਰਾਂ ਵਿੱਚ ਦਾ ਫੈਸਲਾ ਕੀ ਹੈ, ਵਿਚੋਲੇ ਨੂੰ ਪਤਾ? ਹਾਂ ਜੀ ਇਹਨਾਂ ਨੂੰ ਪਤਾ ਜੀ, ਸਾਰੀ ਗੱਲ ਇਹਨਾਂ ਨੂੰ ਪਤਾ ਹੈ, ਸਾਰੀ ਗੱਲ ਇਹਨਾਂ ਨੂੰ ਪਤਾ। ਹਾਂ ਦੋਨੋਂ ਜੀ ਦੱਸੋ ਫਿਰ ਸਾਨੂੰ ਕੀ ਗੱਲ ਬਾਤ ਹੈ। ਹਾਂ ਤੁਹਾਨੂੰ ਦੱਸ ਦਾਂ ਮੈਂ, ਚਲੋ ਜੀ ਮਾੜਾ ਜੀ ਗੱਲ ਆਪਾਂ ਨੇ ਸਲਾਹ ਲੈਣਾ, ਤੁਸੀਂ ਆਪਣੀ ਸਹਿਰ ਨਾਲ ਦੇਖ ਲਿਓ। ਮੈਂ ਦੱਸਦਾ ਜੀ ਤੁਹਾਨੂੰ ਸਾਰੀ ਗੱਲਬਾਤ ਹੈ, ਕੀ ਗੱਲ ਹੈ ਦੱਸੋ, ਕਾਣ ਮੀਣ ਤਾਂ ਇਹਨਾਂ ਦੋਨਾਂ ਦੇ ਵਿੱਚ ਹੀ ਆ, ਠੀਕ ਹੈ, ਉਧਰ ਕੁੜੀ ਦੀ ਸੀਗੀ ਕਿਸ ਪਾਸੇ ਗੱਲਬਾਤ, ਠੀਕ ਹੈ, ਤੇ ਮੁੰਡਾ ਸੀਗਾ ਅਮਲੀ, ਠੀਕ ਹੈ, ਠੀਕ ਆ।
ਕੁੜੀ ਵਾਲੇ ਨੂੰ ਹੋ ਗਿਆ ਵੀ ਸਾਡੀ ਕੁੜੀ ਭੱਜ ਗਈ ਕਿਤੇ ਪਾਸੇ ਠੀਕ ਆ ਤੇ ਮੁੰਡਾ ਅਮਲੀ ਸੀਗਾ ਉਹਨੂੰ ਐ ਸੀ ਵੀ ਕਿਸੇ ਤੋਂ ਬਾਅਦ ਸੁਧਰ ਜੂਗਾ ਤਾਂ ਕਰਕੇ ਠੀਕ ਹੈ ਜਾਣੀ ਕਿ ਕਮੀਆਂ ਦੋਨਾਂ ਧਿਰਾਂ ਦੀਆਂ ਬਾਕੀ ਰਹੀ ਗੱਲ ਜ਼ਮੀਨ ਦੀ ਇਹਨਾਂ ਕੋਲ 25 ਕਿੱਲੇ ਜ਼ਮੀਨ ਦੇ ਹੈਗੇ ਸੀ ਇਹਨੂੰ ਐ ਸੀ ਵੀ ਬਿਨਾਂ ਤਾਂ ਐਡੀ ਵੱਡੀ ਕੋਠੀ ਆ ਜ਼ਮੀਨ ਆ ਗਈ ਵਿਆਹ ਕਰ ਦਿੰਦੇ ਜ਼ਮੀਨ ਦੇ ਲਾਲਚ 'ਚ ਵੀ ਆ ਗਏ ਖੋਟ ਦੋਨਾਂ ਧਿਰਾਂ 'ਚ ਦੋਨਾਂ 'ਚ ਠੀਕ ਹੈ ਚਲੋ ਬੈਠ ਕੇ ਕਰਦੇ ਗੱਲ ਨਾਲ ਬਾਪੂ ਦੇਖ ਆਪਾਂ ਕੁੜੀ ਦਾ ਮਾਨ ਨੀ ਠੀਕ ਹੈ ਮੁੰਡਾ ਇਹਨਾਂ ਦੇ ਘਰੇ ਆ ਕੁੜੀ ਆਪਣੇ ਘਰੇ ਆ ਦੇਖ ਲੈ ਸ਼ੇਰ ਬਹੁਤ ਜਲਦਬਾਜ਼ੀ ਕਰਾਈ ਤੇ ਬਾਪੂ ਖਬਰ ਆ ਪਹਿਲਾਂ ਵਾਲਾ ਰਿਸ਼ਤਾ ਵਧੀਆ ਹੁੰਦਾ ਹਾਂ ਤੇ ਅਸੀਂ ਦੇਖ ਕਹਿ ਦੀ ਮੈਂ ਤੈਨੂੰ ਬਥੇਰਾ ਕਿਹਾ ਵੀ ਆਪਣੀ ਕੁੜੀ ਗਲਤ ਨਹੀਂ ਹੋ ਸਕਦੀ ਜੇ ਆਪਾਂ ਉੱਥੇ ਕਰ ਦਿੰਦੇ ਬਹੁਤ ਵਧੀਆ ਰਹਿੰਦੇ ਅੱਜ ਆਪਾਂ ਨੂੰ ਆਹ ਨਸ਼ੇੜੀ ਨਾਲ ਜੂੰਝਣਾ ਨਾ ਪੈਂਦਾ ਇਹ ਤਾਂ ਹੈ ਬਾਪੂ ਹੁਣ ਬਹੁਤ ਵੱਡੀ ਬੇਇੱਜ਼ਤੀ ਹੈ ਸ਼ੇਰ ਇਹ ਕੰਮਾਂ 'ਚ ਤੂੰ ਤਾਂ ਹਜੇ ਬੱਚਿਆਂ ਤੈਨੂੰ ਕੀ ਪਤਾ ਚੱਲ ਬਾਪੂ